ਨਮਸਕਾਰ ਸਾਥੀਓ ਆਦਾਬ ਸਤਿ ਸ੍ਰੀ ਅਕਾਲ ਮੈਂ ਰਾਮਪਾਲ ਭਗਤ ਪੰਜਾਬ ਰਿਫਲੈਕਸ਼ਨ ਚੈਨਲ ਵੱਲੋਂ ਨਿਊਜ਼ ਪੇਪਰ ਵੱਲੋਂ ਅੱਜ ਆਪਾਂ ਤੁਹਾਨੂੰ ਬਹੁਤ ਹੀ ਮਹਾਨ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ ਕਾਫੀ ਲੰਮੇ ਸਮੇਂ ਤੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਸੇਵਾ ਕਰਦੇ ਆ ਰਹੇ ਆ ਔਰ ਉਹਦਾ ਨੇ ਇੱਕ ਮੰਦਿਰ ਦਾ ਵੀ ਨਿਰਮਾਨ ਕੀਤਾ ਹੈ ਤੇਜਮੋ ਨੰਗਤ ਦੇ ਵਿੱਚ ਜਿੱਥੇ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਮੰਦਿਰ ਬਣਾਇਆ ਗਿਆ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਹਰ ਇੱਕ ਇਕਵਿਟੀ ਜਦੋਂ ਵੀ ਕਿਤੇ ਹੁੰਦੀ ਏ ਤੇ ਉਸ ਐਕਟੀਵਿਟੀ ਦੇ ਵਿੱਚ ਜਾ ਕੇ ਜਰੂਰ ਆਪਣਾ ਯੋਗਦਾਨ ਪਾਉਂਦੇ ਨੇ ਮੈਂ ਗੱਲ ਕਰ ਰਿਹਾ ਮਨੋਹਰ لال ਭਗਤ ਜੀ ਦੇ ਮਨੋਹਰ لال ਭਗਤ ਜੀ ਦੇ بیٹے ਦੀ ਜੋ ਉਹ ਵੀ ਭਗਤ ਜੀ ਕਾਫੀ ਲੰਮੇ ਸਮੇਂ ਤੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਆ ਆਓ ਅਸੀਂ ਮਿਲੀਏ ਤੇ ਉਹਨਾਂ ਦੇ ਨਾਲ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ ਤਨਕਬੀਰ ਜੀ ਸਹਿਬੰਦਗੀ ਤਨਕਬੀਰ ਜੈ ਕਬੀਰ ਜੀ ਬੋ ਵੀ ਜੀ ਕਾਫੀ ਲੰਮੇ ਸਮੇਂ ਤੋਂ ਤੁਸੀਂ ਜੋ ਪ੍ਰਯਾਸ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਨਾਲ ਜੁੜੇ ਹੋ ਕਿ ਤੁਸੀਂ ਉਹਦੇ ਬਾਰੇ ਕੋਈ ਚਾਨਣਾ ਪਾ ਸਕਦੇ ਹੋ ਵੀ ਕਿਸ ਤਰ੍ਹਾਂ ਤੁਹਾਡੀ ਏਜ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਆਂ ਜ਼ਿਆਦਾਤਰ ਲੜਕੇ ਇਹ ਇਨ੍ਹਾਂ ਚੀਜ਼ਾਂ ਦੇ ਵਿੱਚ ਨਹੀਂ ਆਂਦੇ ਪਰ ਤੁਸੀਂ ਕਾਫੀ ਲੰਮੇ ਸਮੇਂ ਤੋਂ ਮਤਲਬ ਸਤਿਗੁਰੂ ਮਹਾਰਾਜ ਦੇ ਨਾਲ ਜੁੜੇ ਹੋ ਉਹਦੇ ਬਾਰੇ ਆਪਣੀ ਜਰੂਰ ਸਾਨੂੰ ਦੱਸੋ ਜੀ ਮੈਂ ਸ਼੍ਰੋਮਣੀ ਸਤਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਪੰਜਾਬ ਦਾ ਮੈਂ ਸੇਵਾਦਾਰ ਪ੍ਰੈਜ਼ੀਡੈਂਟ ਆ ਇਹ ਮੇਰੀ 4 ਸਾਲ ਤੋਂ ਸੇਵਾ ਲੱਗੀ ਹੋਈ ਹੈ ਇਹ ਮੇਰੇ ਵੀਰਾਂ ਦਾ ਪਿਆਰ ਹੈ ਔਰ ਉਹਨਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ ਔਰ ਮੈਂ ਆਪਣੇ ਦਿਲੋਂ ਜਿੰਨਾਂ ਕੋ ਮੇਰੇ ਚ ਯੋਗਰ ਹੈ ਜਾਂ ਜਿੰਨਾਂ ਕੋ ਮੇਰੇ ਚ ਤਾਕਤ ਹੈ ਉਹਨੇ ਕਿ ਮੈਂ ਸਮਝ ਦੇ ਨਾਲ ਇਹ ਚੀਜ਼ ਨੂੰ ਨਿਭਾ ਰਿਆ ਵਾਂ ਪਰ ਗੁਰੂ ਮਹਾਰਾਜ ਦੀ ਇੰਨੀ ਚਿੰਤ ਬਈ ਮੇਰ ਹੈ ਬਈ ਅਜ ਤੱਕ ਹੀ ਜਿੰਨੇ ਵੀ ਕੰਮ ਪਕੜੇ ਆ ਉਹ ਸਹੀ ਸਫਲ ਹੀ ਹੋਏ ਆ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਦੋਂ ਜਨ ਦਿਹਾੜਾ ਜਿੱਦਾਂ ਹੁਣ ਵਿਸਾਖੀ ਆ ਰਹੀ ਹੈ ਵਿਸਾਖੀ ਦੇ ਅਪਤਾਨ ਤੁਸੀਂ ਮੰਨ ਲਓ ਲੋਕਾਂ ਨੇ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਮੰਦਰਤ ਦੇ ਵਿੱਚ ਕੋਈ ਉਸ ਦਿਨ ਕੀਰਤਨ ਕੀਤਾ ਜਾਂਦਾ ਜਾਂ ਸ਼ਾਮ ਨੂੰ ਕੋਈ ਅਰਦਾਸ ਕੀਤੀ ਜਾਂਦੀ ਕੀਰਤਨ ਔਰ ਅਰਦਾਸ ਤੇ ਹਰ ਮੰਦਰ ਦੇ ਵਿੱਚ ਸਵੇਰ ਸ਼ਾਮ ਹੁੰਦੀ ਹੈ ਬਾਕੀ ਜਿਹੜੀ ਤੁਸੀਂ ਵਿਸਾਖੀ ਵਾਲੇ ਦਿਨ ਦੀ ਗੱਲ ਕੀਤੀ ਹੈ ਇਹ ਜਿਹੜਾ ਵਿਸਾਖੀ ਦਾ ਦਿਨ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਦਿੱਤੀ ਹੋਈ ਦੇਣ ਹੈ ਜਦੋਂ ਸਾਡੇ ਕਿਸਾਨ ਲੋਕ ਨੇ ਉਹਨਾਂ ਦੀ ਫਸਲ ਤਿਆਰ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਕਟਾਈ ਕਰਕੇ ਪਹਿਲੀ ਜਿਹੜੀ ਇਹ ਕਟਾਈ ਘਰ ਆਂਦੀ ਹੈ ਉਹਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਦਿਨ ਮਨਾਇਆ ਜਾਂਦਾ ਹੈ ਇਹ ਸਾਡੇ ਗੁਰੂਆਂ ਨੇ ਇਹ ਦਿਸ਼ਾ ਨਿਰਦੇਸ਼ ਦੇ ਉੱਤੇ ਇਹ ਜਿਹੜਾ ਸਾਡਾ ਇਤਿਹਾਸ ਹੈ ਵਿਸਾਖੀ ਦਾ ਇਹ ਚੱਲਦਾ ਆ ਰਿਹਾ ਵੇ ਔਰ ਪਰਮਾਤਮਾ ਇਦਾਂ ਹੀ ਚਲਾਉਂਦਾ ਰਹੇ ਜਿਹੜਾ ਕਿ ਇਹ ਅੱਜ ਇੱਕ ਲੋਕਪਾਲ ਬਿਲ ਦਾ ਜਿਹੜਾ ਆਪਣੇ ਮੋਦੀ ਸਾਹਿਬ ਨੇ ਜਿਹੜਾ ਇੱਕ ਕਾਨੂੰਨ ਲਿਆਂਦਾ ਹੈ ਕਿਸਾਨਾਂ ਦੀ ਜਿਹੜੀ ਆਜ਼ਾਦੀ ਨੂੰ ਛੀਨਣ ਵਾਸਤੇ ਉਸ ਚੀਜ਼ ਨੂੰ ਖਤਮ ਕਰਦਿਆਂ ਹੋਇਆਂ